ਬਾਹਰ ਵੇਲੇ ਆ ਉਹਨੂੰ ਤੇ ਯਾਰੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੱਲ ਹੁਣ ਅਸੀਂ ਜਾਣਾ ਸੈਰ ਹੋ ਜੂ ਬਣਨਾ ਕੀ ਹਾਲ ਚਾਲ ਮਿੱਤਰੋ ਸੋ ਅੱਜ ਆਪਣੇ ਭਾਈ ਸਾਹਿਬ ਭਾਈ ਰਘਵੀਰ ਸਿੰਘ ਜੀ ਗੀਰਾ ਸਾਡੇ ਨਾਲ ਬੈਠੇ ਨੇ ਦਾਮੀਆਂ ਤੋਂ ਜੁੜ ਚੁੱਕੇ ਨੇ ਸਾਡੇ ਨਾਲ ਇਸ ਵੇਲੇ ਸੰਵਾਦਦਾਤਾ ਨੇ ਕੀ ਕਹਿੰਦੇ ਹੁੰਦੇ ਸੰਵਾਦਦਾਤਾ ਪ੍ਰਾਜਾ ਸਿੰਘ ਧਾਮੀ ਦੇ ਨਾਲ ਅਤੇ ਅੱਜ ਦੀ ਤਾਜ਼ਾ ਤਰੀਨ ਖਬਰ ਇਹ ਹੈ ਜੀ ਕਿ ਸਾਡੇ ਨਾਲ ਦਾ ਇੱਕ ਬੰਦਾ ਜਿਹੜਾ ਸੀਗਾ ਤਾਜ਼ਾ ਤਾਜ਼ਾ ਪਿਓ ਬਣਿਆ ਜਿਹਨੂੰ ਆਪਾਂ ਕਹਿੰਦੇ ਵੀ ਜਸਪਾਲ ਸਿੰਘ ਧਾਲੀਵਾਲ ਉਰਫ ਯਸਾ ਜੱਸਾ ਰਾਤੀ ਬਾਪੂ ਬਣ ਗਿਆ ਜੀ ਅਤੇ ਜੱਸੇ ਨੂੰ ਪਰਮਾਤਮਾ ਨੇ ਮੁੰਡੇ ਦੀ ਦਾਤ ਦਿੱਤੀ ਹੈਗੀ ਆ ਪਹਿਲਾਂ ਬੱਚਾ ਬਾਈ ਦਾ ਅਤੇ ਆਪਾਂ ਹੁਣ ਚੱਲੇ ਹਾਂ ਆਪਣੇ ਭਤੀਜੇ ਨੂੰ ਦੇਖਣ ਅਤੇ ਆਂਟੀ ਜੀ ਗਏ ਹੈਗੇ ਆ ਜੱਸੇ ਦੇ ਮਾਤਾ ਜੀ ਸ਼ੋਲ ਲੈਣ ਕਹਿੰਦੇ ਠੰਡ ਬਹੁਤ ਆ ਅਤੇ ਮਾਤਾ ਨੂੰ ਲੈ ਕੇ ਨਾਲ ਅਤੇ ਆਪਾਂ ਚੱਲੇ ਹਾਂ ਹੁਣ ਅਤੇ ਫਿਰ ਉੱਥੇ ਜਾ ਕੇ ਤੁਹਾਨੂੰ ਬੱਚਾ ਵੀ ਦਿਖਾਉਂਦੇ ਹਾਂ ਅਤੇ ਜੱਸਾ ਵੀ ਦਿਖਾਉਂਦੇ ਹਾਂ ਅਤੇ ਜੱਸਾ ਫਿਰ ਰਾਤੀ ਮੈਨੂੰ ਫੋਨ ਕਰਕੇ ਕਹਿੰਦਾ ਹੈਲੋ ਮੈਂ ਕਿਹਾ ਹਾਂਜੀ ਵਧਾਈਆਂ ਵੀਰੇ ਮੈਂ ਕਿਹਾ ਵਧਾਈਆਂ ਲੜਕਾ ਹੋਇਆ ਮੈਂ ਕਿਹਾ ਅੱਛਾ ਜੀ ਲੜਕਾ ਕਹਿੰਦਾ ਮੈਂ ਕਿਹਾ ਕਹੂੰਗਾ ਮੁੰਡਾ ਹੋਇਆ ਨਾ ਲੜਕਾ ਹੋਇਆ ਕਹਿੰਦਾ ਮੈਂ ਕਿਹਾ ਠੀਕ ਹੈ ਉਹ ਜਿੱਦਾਂ ਨਰਸਾਂ ਨੁਰਸਾਂ ਨੇ ਕਿਹਾ ਹੋਣਾ ਨਾ ਆ ਕੇ ਵੀ ਲੜਕਾ ਹੋਇਆ ਹਾਂ ਨਰਸਾਂ ਵੀ ਏਦਾਂ ਹੀ ਜ਼ਿਆਦਾਤਰ ਡਾਕਟਰ ਅਤੇ ਨਰਸਾਂ ਮੁੰਡਾ ਘੱਟ ਕਹਿੰਦੇ ਆ ਨਾ ਲੜਕਾ ਜਾਂ ਲੜਕੀ ਕਹਿੰਦੇ ਆ ਹਨਾ ਮੈਂ ਕਹਿੰਦਾ ਲੜਕਾ ਹੋਇਆ ਮੈਂ ਕਿਹਾ ਠੀਕ ਹੈ ਚੱਲ ਬਈ ਮੁਬਾਰਕਾਂ ਬਹੁਤ ਬਹੁਤ ਅਤੇ ਹੁਣ ਆਪਾਂ ਚੱਲੇ ਹਾਂ ਜੀ ਛੋਟੇ ਜੱਸੇ ਨੂੰ ਦੇਖਣ ਮੇਰੇ ਕੋਲ ਫੋਟੋ ਹੈਗੀ ਆ ਅਤੇ ਨਿਆਣਾ ਤਾਂ ਸੋਹਣਾ ਆ ਗੋਰਾ ਚੱਟਾ ਜੱਸਿਆਂ ਨੂੰ ਅਤੇ ਬਾਕੀ ਫਿਰ ਜਾ ਕੇ ਦੇਖਦੇ ਆ ਹੈ ਦੇਖੀ ਨਹੀਂ ਤੂੰ ਬੜਾ ਅੱਛਾ ਮੈਂ ਮੈਨੂੰ ਵੀ ਮੱਢ ਦੀ ਨੇ ਭੇਜੀ ਸੀਗੀ ਇੱਕ ਮਿੰਟ ਜੀ ਲੰਘ ਲੈਣ ਦਿਓ ਅੱਛਾ ਅੱਛਾ ਮਿੱਤਰੋ ਸੋ ਆਪਾਂ ਪਹੁੰਚ ਗਏ ਜੀ ਹੁਣ ਰੱਬ ਦਾ ਡਬਲ ਆ ਕਰੇ ਹੋਸਪਿਟਲ ਤੇ ਚਲੀਏ ਫਿਰ ਜੀ ਰਿਹਾ ਅੰਦਰ ਮਿਲੀਏ ਜਾ ਕੇ ਬੰਦੇ ਨੂੰ ਜੈਸੇ ਸੁੱਤਿਆ ਪਿਆ ਵੇ ਰਾਤ ਸਾਰੀ ਜਾਗਦਾ ਲੱਗਦਾ ਕੰਗਰੈਚੁਲੇਸ਼ਨ ਰੋਣ ਲੱਗਿਆ ਲੱਗਦਾ ਹਾਂਜੀ ਜੱਸੇ ਭਾਜੀ ਫਿਰ ਕਿੱਦਾਂ ਦੀ ਫੀਲਿੰਗ ਆ ਰਹੀ ਅੱਜ ਵਧੀਆ ਇੱਧਰ ਨੂੰ ਆਇਆ ਫਿਰ ਉੱਧਰ ਅੱਜ ਨਹੀਂ ਸੁਣਦੀ ਚੰਗੀ ਤਰ੍ਹਾਂ ਟੈਨਸ਼ਨ ਤਾਂ ਸੀਗੀ ਕਿਉਂਕਿ ਉਹ ਮੈਂ ਤਾਂ ਕਿਹਾ ਪਹਿਲਾਂ ਨੋਰਮਲ ਡਿਲੀਵਰੀ ਹੋਊਗੀ ਪਰ ਫਿਰ ਡਾਕਟਰ ਕਹਿੰਦੇ ਆਪਰੇਸ਼ਨ ਨਾਲ ਹੀ ਹੋਣਾ ਆ ਚੱਲ ਇਹ ਆਪਰੇਸ਼ਨ ਤਾਂ ਕਰ ਹੀ ਦਿੱਤਾ ਤੇ ਇਹ ਟੈਨਸ਼ਨ ਨਹੀਂ ਗੱਲ ਪਰ ਪਰਮਾਤਮਾ ਨੇ ਵਧੀਆ ਸਾਰਾ ਕੁਛ ਕਰਤਾ ਕਹਿੰਦੇ ਹੈ ਆਪ ਟੈਨਸ਼ਨ ਫੀਲਿੰਗ ਕੀ ਹੈ ਤੇਰੀ ਫੀਲਿੰਗ ਦੱਸ ਤੂੰ ਵਧੀਆ ਆ ਨਹੀਂ ਪਿਓ ਬਣ ਕੇ ਕਿੱਦਾਂ ਲੱਗ ਰਿਹਾ ਵਧੀਆ ਲੱਗਦਾ ਆ ਨਿਆਣੇ ਨੂੰ ਦੇਖ ਕੇ ਕਿੱਦਾਂ ਫਿਰ ਰੋਣਾ ਆਇਆ ਸੀਗਾ ਆਹੋ ਫਿਰ ਬੰਦੇ ਦਾ ਉਦਾਂ ਮਨ ਜਿਹਾ ਘੱਟਦਾ ਜਦੋਂ ਹਾਲੇ ਆਉਂਦਾ ਹੀ ਆ ਨਿਆਣਾ ਜਦੋਂ ਆਪਰੇਸ਼ਨ ਹੋ ਕੇ ਹੀ ਹਟਦਾ ਹੌਲੇ ਮਨ ਜਿਹਾ ਬੰਦੇ ਦਾ ਫਿਰ ਵੀ ਹੁੰਦਾ ਚੱਕਿਆ ਸੀਗਾ ਫਿਰ ਨਹੀਂ ਨਹੀਂ ਮੈਂ ਨਹੀਂ ਚੱਕਿਆ ਹਾਲੇ ਚੱਕਿਆ ਸੀ ਮਾੜਾ ਜਿਹਾ ਹੀ ਅੱਛਾ ਅੱਛਾ ਉਹ ਕਹਿੰਦੇ ਨਹੀਂ ਜ਼ਿਆਦਾ ਜਾਣਿਆਂ ਨੂੰ ਫੜਾਉਣਾ ਵੀ ਨਹੀਂ ਚੱਕਰ ਇਹ ਆ ਜ਼ਿਆਦਾ ਜਾਣਿਆਂ ਨੂੰ ਫੜਾਉਣ ਨਾਲ ਫਿਰ ਬੱਚੇ ਨੂੰ ਉਹ ਕਟਾਣੂ ਕਟੂਣੂ ਜਿੱਦਾਂ ਕਈ ਵਾਰੀ ਹੁੰਦੇ ਨਾ ਨਾਲੇ ਤਾਂ ਨਹੀਂ ਬਣਾਇਆ ਬਣਾਇਆ ਕਿਤੇ ਨਹਾਉਂਦਾ
ਜਿਹੜਾ ਦੇਖ ਲਾ ਵੀਡੀਓ ਬਣਾਉਂਦਾ ਇਹ ਵੀ ਪੱਕਾ ਇਹ ਵੀ ਨਹੀਂ ਨਹਾਉਂਦਾ ਜੀ ਨਾ ਮੈਂ ਨਹਾ ਕੇ ਆਇਆ ਇਦਾਂ ਦੀ ਗੱਲ ਨਹੀਂ ਆ ਉਦਾਂ ਵਾ ਮੈਂ ਨਹਾ ਨਾ ਯਾਰ ਜੀ ਲਾ ਕੇ ਆਇਆ ਤਿੰਨ ਹੈ मैं भी अजे नहा के आया जी वैसे चलो फिर जिस बहुत बहुत मुबारक साढ़े वालों मिलते हैं फिर अगले ब्लॉग से तद तक सत श्रीकाल तक बराबर आता।